ਚਲੋ ਸਿੱਖਦੇ ਹਾਂ ਚੈਪਟਰ ਨੰਬਰ 13 ਦਾ ਇੱਕ ਹੋਰ ਇੰਪੋਰਟੈਂਟ ਸਵਾਲ ਇਸ ਵਿੱਚ ਸਾਨੂੰ ਕਿਹਾ ਜਾ ਰਿਹਾ ਇੱਕ ਖਿਡੌਣਾ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਹੈ ਜੋ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਤੇ ਟਿਕਿਆ ਹੈ ਇਸ ਖਿਡੌਣੇ ਦੀ ਕੁੱਲ ਉਚਾਈ 15.5 ਸੈਂਟੀਮੀਟਰ ਹੈ ਇਸ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ ਜੋ ਜਿਸ ਤਰ੍ਹਾਂ ਪ੍ਰਸ਼ਨ ਸਾਨੂੰ ਕਹਿ ਰਿਹਾ ਕਿ ਇੱਕ 3.5 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਸ਼ੰਕੂ ਹੈ ਅਸੀਂ ਇੱਥੇ ਬਣਾ ਲਿਆ ਹੈ ਤੇ ਇੱਕ ਅਰਧ ਗੋਲਾ ਹੈ ਜਿਹੜਾ ਉਸ ਸ਼ੰਕੂ ਦੇ ਉਸੇ ਅਰਧ ਵਿਆਸ ਦੇ ਆਕਾਰ ਦਾ ਲੱਗਿਆ ਹੋਇਆ ਹੈ ਤੇ ਇਹ ਜਿਹੜਾ ਦੋ ਠੋਸਾਂ ਨੂੰ ਮਿਲਾ ਕੇ ਇੱਕ ਠੋਸ ਬਣਿਆ ਇਸ ਨੂੰ ਖਿਡਾਉਣੇ ਦਾ ਨਾਮ ਦਿੱਤਾ ਹੈ ਤੇ ਇਹ ਖਿਡਾਉਣਾ ਜਿਹੜਾ ਹੈਗਾ ਇਹਦੀ ਕੁੱਲ ਉਚਾਈ ਸਾਨੂੰ ਦਿੱਤੀ ਹੈ 15.5 ਸੈਂਟੀਮੀਟਰ ਤੇ ਸਾਨੂੰ ਇਹ ਪੁੱਛਿਆ ਗਿਆ ਹੈ ਕਿ ਇਸ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ ਤਾਂ ਹੁਣ ਅਸੀਂ ਇਸ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਇੱਥੇ ਅਸੀਂ ਕੋਈ ਖਾਸ ਫਾਰਮੂਲਾ ਲਗਾ ਕੇ ਇਸ ਖਿਡੌਣੇ ਦੀ ਸਤ੍ਹਾ ਦਾ ਖੇਤਰਫਲ ਨਹੀਂ ਪਤਾ ਕਰ ਸਕਦੇ ਸਾਨੂੰ ਕੱਲੀ-ਕੱਲੀ ਆਕ੍ਰਿਤੀ ਜਾਂ ਸ਼ਕਲ ਦੇ ਹਿਸਾਬ ਨਾਲ ਫਾਰਮੂਲਾ ਲਾ ਕੇ ਤੇ ਫਿਰ ਇਹਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਪਊਗਾ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨ ਲਈ ਅਸੀਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ ਜਿਹੜਾ ਕਿ ਹੁੰਦਾ ਪਾਈ ਆਰ ਐਲ ਅਸੀਂ ਇਸ ਅਰਧ ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ ਜਿਹੜਾ ਕਿ ਹੁੰਦਾ 2 ਪਾਈ ਆਰ ਸਕੁਅਰ ਜੇ ਅਸੀਂ ਇਹਨਾਂ ਦੋਵੇਂ ਵਕਰ ਤਲਾਂ ਦੇ ਖੇਤਰਫਲਾਂ ਨੂੰ ਜੋੜ ਦਈਏ ਤਾਂ ਇਸ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਸਾਨੂੰ ਪਤਾ ਲੱਗ ਜਾਏਗਾ ਹੁਣ ਅਸੀਂ ਦੇਖਦੇ ਹਾਂ ਕਿ ਸਾਨੂੰ ਪ੍ਰਸ਼ਨ ਨੇ ਦੱਸਿਆ ਕੀ ਹੈ ਸਾਨੂੰ ਪ੍ਰਸ਼ਨ ਨੇ ਅਰਧ ਵਿਆਸ ਦੱਸਿਆ ਹੈ ਸ਼ੰਕੂ ਦਾ ਤੇ ਇਹੀ ਅਰਧ ਵਿਆਸ ਇਸ ਅਰਧ ਗੋਲੇ ਦਾ ਵੀ ਹੈ ਤੇ ਸਾਨੂੰ ਇਹ ਦੱਸਿਆ ਕਿ ਡੋਣੇ ਦੇ ਕੋਲ ਉਚਾਈ ਹੈਗੀ 15.5 ਸੈਂਟੀਮੀਟਰ ਹੁਣ ਦੇਖੋ ਸ਼ੰਕੂ ਦਾ S ਬਿੰਦੂ ਤੋਂ ਲੈ ਕੇ S ਬਿੰਦੂ ਤੱਕ ਮਾਪ ਹੋਊਗਾ 3.5 ਸੈਂਟੀਮੀਟਰ ਅਰਧ ਵਿਆਸ ਹੋ ਗਿਆ ਤੇ ਇਹੀ ਅਰਧ ਵਿਆਸ ਨੂੰ ਵੀ ਹੋਊਗਾ ਤਾਂ ਨੂੰ ਵੀ ਸਾਡੇ ਕੋਲ 3.5 ਸੈਂਟੀਮੀਟਰ ਹੋਊਗਾ ਤਾਂ ਹੁਣ ਆ ਜਿਹੜੀ ਅਰਧ ਗੋਲੇ ਦੀ ਉਚਾਈ ਹੈ ਸਾਡੇ ਕੋਲ ਇਹ ਆਊਗੀ 3.5 ਸੈਂਟੀਮੀਟਰ ਕਲੀਅਰ ਹੋ ਗਿਆ ਕਿਉਂਕਿ ਅਰਧ ਵਿਆਸ ਜਿੰਨਾ ਇੱਧਰ ਨੂੰ ਆ ਉਹਨਾ ਹੀ ਇਸ ਪਾਸੇ ਨੂੰ ਵੀ ਹੋਊਗਾ ਤੇ ਬਾਕੀ ਜਿਹੜਾ ਰਹਿ ਗਿਆ ਸਾਡੇ ਕੋਲ ਸ਼ੰਕੂ ਇਹਦੀ ਉਚਾਈ ਹੋਊਗੀ ਸਾਡੇ ਕੋਲੇ ਇੱਥੇ ਤੋਂ ਲੈ ਕੇ ਇੱਥੇ ਤੱਕ ਤੇ ਹੁਣ ਇਹ ਉਚਾਈ ਕਿੰਨੀ ਹੋਊਗੀ ਕੁੱਲ ਸਾਡੇ ਕੋਲੇ ਖਿਡਾਉਣੇ ਦੀ ਉਚਾਈ ਹੈ 15. 5 ਸੈਂਟੀਮੀਟਰ ਉਹਦੇ ਵਿੱਚੋਂ 3.5 ਸੈਂਟੀਮੀਟਰ ਅਰਧ ਗੋਲੇ ਦਾ ਅਰਧ ਵਿਆਸ ਜਿ세 ਕੱਢ ਦਈਏ ਤਾਂ ਬਾਕੀ ਸਾਡੇ ਕੋਲ ਬਚੇਗਾ 12 ਸੈਂਟੀਮੀਟਰ ਤਾਂ ਇਹਦਾ ਮਤਲਬ ਹੋਇਆ ਕਿ ਇਸ ਸ਼ੰਕੂ ਦੀ ਉਚਾਈ ਜਿਹੜੀ ਹੈ ਉਹ ਸਾਡੇ ਕੋਲੇ ਆ ਗਈ 12 ਸੈਂਟੀਮੀਟਰ ਹੁਣ ਅਸੀਂ ਪਲਾਨ ਕਰਦੇ ਹਾਂ ਕਿ ਅਸੀਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ πr l ਕਿੱਦਾਂ ਕੱਢਾਂਗੇ ਦੇਖੋ r ਸਾਨੂੰ ਪਤਾ ਹੈ 3.5 ਸੈਂਟੀਮੀਟਰ ਪਾਈ ਦੀ ਵੈਲਿਊ ਵੀ ਸਾਨੂੰ ਪਤਾ ਹੈ ਪਰ ਜਿਹੜੀ ਐਲ ਦੀ ਕੀਮਤ ਹੈ ਇਹ ਸਾਨੂੰ ਨਹੀਂ ਪਤਾ ਐਲ ਕੀ ਹੁੰਦਾ ਐਲ ਹੁੰਦੀ ਹੈ ਸ਼ੰਕੂ ਦੀ ਤਿਰਛੀ ਉਚਾਈ ਉਹ ਇੱਥੇ ਸਾਡੇ ਕੋਲੇ ਸਮਕੋਣ ਤਿਕੋਣ ਬਣਦਾ ਹੈ ਜੇ ਅਸੀਂ ਇੱਥੇ ਵੱਖਰਾ ਡਾਇਗਰਾਮ ਬਣਾ ਕੇ ਦੇਖੀਏ ਤਾਂ ਸਾਡੇ ਕੋਲ ਆਧਾਰ ਹੈ 3.5 ਸੈਂਟੀਮੀਟਰ ਉਚਾਈ ਹੈ 12 ਸੈਂਟੀਮੀਟਰ ਜੇ ਅਸੀਂ कर्ण ਪਤਾ ਕਰ ਲਈਏ ਐਲ ਤਾਂ ਉਹ ਸਾਡੇ ਕੋਲ ਸ਼ੰਕੂ ਦੀ ਤਿਰਛੀ ਉਚਾਈ ਹੋ ਜੂਗੀ ਤਾਂ ਸਾਨੂੰ l ਪਤਾ ਕਰਨ ਦੀ ਲੋੜ ਪਊਗੀ ਤਾਂ ਅਸੀਂ πr l ਕੈਲਕੂਲੇਟ ਕਰ ਸਕਦੇ ਹਾਂ ਦੂਜੇ ਪਾਸੇ ਅਰਧ ਗੋਲੇ ਦਾ ਬਕਰ ਸਤਾ ਦਾ ਖੇਤਰਫਲ ਜਦੋਂ ਅਸੀਂ ਪਤਾ ਕਰਨਾ ਤਾਂ ਉਹਦੇ ਲਈ ਸਾਨੂੰ 2πr² ਫਾਰਮੂਲਾ ਲਾਉਣਾ ਪਊਗਾ ਸਾਨੂੰ ਇਹਦੇ ਵਿੱਚ r ਦੀ ਵੈਲਿਊ ਪਤਾ ਤਾਂ ਇੱਥੇ ਸਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਤਾਂ ਹੁਣ ਸਾਡੇ ਕੋਲੇ ਜਿਹੜਾ ਪਲਾਨ ਬਣਿਆ ਉਹ ਇਹ ਬਣ ਗਿਆ ਕਿ ਅਸੀਂ ਸਭ ਤੋਂ ਪਹਿਲਾਂ ਸ਼ੰਕੂ ਦੀ ਤਿਰਛੀ ਉਚਾਈ l ਪਤਾ ਕਰੀਏ ਇਹ ਅਸੀਂ ਫਾਰਮੂਲਾ ਵੀ ਯਾਦ ਕੀਤਾ ਹੋਇਆ ਕਿ ਸ਼ੰਕੂ ਦੀ ਤਿਰਛੀ ਉਚਾਈ l ਇਹ ਬਰਾਬਰ ਹੁੰਦੀ ਹੈ ਅੰਡਰ ਰੂਟ h² r² ਹੁਣ ਆਪਾਂ ਇਹਦੇ ਵਿੱਚ ਵੈਲਿਊਜ਼ ਰੱਖ ਦਿੰਨੇ ਆ h ਦੀ ਵੈਲਿਊ ਸਾਡੇ ਕੋਲ 12 ਤਾਂ ਇਹ ਬਣ ਗਿਆ 12 ਦਾ ਸਕੁਅਰ r ਮਤਲਬ ਅਰਧ ਵਿਆਸ ਦੀ ਵੈਲਿਊ ਸਾਡੇ ਕੋਲ ਹੈ 3.5 ਤਾਂ 3.5 ਦਾ ਸਕੁਅਰ ਆਪਾਂ ਇਹਨੂੰ ਅੱਗੇ ਸੋਲਵ ਕਰਦੇ ਹਾਂ ਤਾਂ ਇਹ ਬਣ ਗਿਆ 12 ਦਾ ਵਰਗ 144 ਪਲੱਸ 13.5 3.5 ਦਾ ਵਰਗ ਬਣਿਆ 12.25 ਇਹ ਜੋੜ ਕੇ ਸਾਡੇ ਕੋਲੇ ਆ ਗਿਆ ਵਰਗਮੂਲ 156.25 ਤੇ ਜਦੋਂ ਅਸੀਂ 156.25 ਦਾ ਵਰਗਮੂਲ ਕਰਾਂਗੇ ਇਹ ਸਾਡੇ ਕੋਲੇ ਆਊਗਾ 12.5 ਸੈਂਟੀਮੀਟਰ ਤਾਂ ਇਹ ਸਾਡੇ ਕੋਲ ਆ ਗਈ शंकुदी की तिरछी ऊंचाई एल की कीमत बारह पॉइंट सेंटीमीटर। हूँ असी पता की करना है, खिडौने की कुल सतह का खेतरफल तो असी लिखा खिडौने की कुल सतह का खेतरफल ये बराबर होगा शंकु के वकर तल का खेत्रफल ਪਲੱਸ ਅਰਧ ਗੋਲੇ ਦੇ ਵਕਰ ਤਲ ਦਾ ਖੇਤਰਫਲ ਪਾਈ ਆਰ ਐਲ ਪਲੱਸ 2 ਪਾਈ ਆਰ ਸਕੁਅਰ ਸਿੱਧੀਆਂ ਕੀਮਤਾਂ ਰੱਖਣ ਤੋਂ ਪਹਿਲਾਂ ਅਸੀਂ ਇਸ ਨੂੰ ਥੋੜਾ ਜਿਹਾ ਸੋਲਵ ਕਰ ਲੈਨੇ ਆ ਪਾਈ ਆਰ ਕਾਮਨ ਆ ਜਾਏਗਾ ਸਾਡੇ ਕੋਲ ਇਹ ਬਣ ਜਾਏਗਾ ਐਲ ਪਲੱਸ 2 ਆਰ ਹੁਣ ਇਹਨੂੰ ਅਸੀਂ ਸੋਲਵ ਕਰ ਦਿੰਨੇ ਆ ਪਾਈ ਦੀ ਵੈਲਿਊ 22/7 ਆਰ ਦੀ ਵੈਲਿਊ 3.5 ਤੇ ਐਲ ਦੀ ਵੈਲਿਊ ਸਾਡੇ ਕੋਲੇ ਹੈ 12.5 ਤੇ 2 ਆਰ ਮਤਲਬ 2 3.5 2 ਨੂੰ ਸਾਡੇ 3 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲੇ 7 ਆ ਜਾਊਗਾ ਤੇ 12.5 7 ਅਸੀਂ ਸਿੱਧਾ ਲਿਖ ਸਕਦੇ ਹਾਂ 7 ਨਾਲ 3.5 ਨੂੰ ਕੱਟ ਦਿੰਨੇ ਆ 7 5 35 ਹੁੰਦੀ ਹੈ ਤਾਂ 0.5 ਆ ਗਿਆ ਸਾਡੇ ਕੋਲ ਇਹ ਬਣ ਗਿਆ 22 0.5 12 7 19 19.5 ਹੁਣ ਅਸੀਂ 22 0.5 ਤੇ 19.5 ਨੂੰ ਗੁਣਾ ਕਰ ਦਿੰਨੇ ਆ 22 ਨੂੰ 0.5 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲੇ ਆਊਗਾ 11 ਇਹਨੂੰ ਅਸੀਂ 19.5 ਨਾਲ ਗੁਣਾ ਕਰਾਂਗੇ ਹੁਣ ਅਸੀਂ 19.5 ਨੂੰ 11 ਨਾਲ ਗੁਣਾ ਕਰ ਲੈਨੇ ਆ ਤਾਂ ਇਹ ਸਾਡੇ ਕੋਲੇ ਬਣਿਆ 195 195 5 ਤੇ 9 ਤੇ 5 14 9 10 11 11 ਇੱਕ ਹਾਂਸਲ ਤੇ ਇਹ ਇੱਕ ਅੰਕ ਛੱਡ ਕੇ ਸਾਡੇ ਕੋਲ ਡੈਸੀਮਲ ਲੱਗ ਗਿਆ ਤਾਂ 214. 5 ਸੈਂਟੀਮੀਟਰ ਸਕੁਆਇਰ ਇਹ ਹੋ ਗਿਆ ਸਾਡੇ ਦਿੱਤੇ ਹੋਏ ਖਿਡਾਉਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਜਿਹੜੇ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਆ ਜਿਦੇ ਵਿੱਚ ਕੋਈ ਖਾਸ ਸ਼ਕਲ ਦਾ ਠੋਸ ਨਾ ਹੋ ਕੇ ਦੋ ਠੋਸਾਂ ਨੂੰ ਮਿਲਾ ਕੇ ਕੋਈ ਨਵੀਂ ਆਕ੍ਰਿਤੀ ਬਣਾਈ ਜਾਂਦੀ ਹੈ ਤਾਂ ਉਹਦੇ ਵਿੱਚ ਸਾਡੇ ਕੋਲ ਕੋਈ ਰੈਡੀਮੇਡ ਫਾਰਮੂਲਾ ਨਹੀਂ ਹੁੰਦਾ ਅਸੀਂ ਆਕ੍ਰਿਤੀ ਨੂੰ ਦੇਖ ਕੇ ਪਲਾਨ ਚੌਕ ਆਊਟ ਕਰਨਾ ਹੁੰਦਾ ਪਲਾਨ ਬਣਾਉਣਾ ਹੁੰਦਾ ਹੈ ਕਿ ਅਸੀਂ ਉਸ ਆਕਰਤੀ ਦਾ ਬਕਰਤਾਲੀਆ ਕੁੱਲ ਸਤਾ ਦਾ ਖੇਤਰਫਲ ਜਾਂ ਆਇਤਨ ਜੋ ਵੀ ਪੁੱਛਿਆ ਉਸ ਨੂੰ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਤੇ ਇਸ ਕੰਮ ਲਈ ਜਿਹੜੇ ਆਪਾਂ ਨੇ 13ਵੇਂ ਚੈਪਟਰ ਦੇ ਫਾਰਮੂਲੇ ਯਾਦ ਕੀਤੇ ਸੀ ਉਹ ਤੁਹਾਡੀ ਬੜੀ ਹੈਲਪ ਕਰਨਗੇ ਜੇ 13ਵੇਂ ਚੈਪਟਰ ਦੇ ਤੁਸੀਂ ਫਾਰਮੂਲੇ ਯਾਦ ਕਰ ਲਵੋ ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਹੱਲ ਕਰਨੇ ਕੋਈ ਜ਼ਿਆਦਾ ਔਖੇ ਨਹੀਂ ਹੁੰਦੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਪ੍ਰਸ਼ਨ ਸਮਝ ਆਇਆ ਹੋਗਾ ਥੈਂਕ ਯੂ